ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਸਿਆਸੀ ਫਿਜ਼ਾਵਾਂ ਦੇ ਵਿੱਚ ਇੱਕ ਜਿਹੜੀ ਤਲਖੀ ਭਾਰਤ ਕੈਨੇਡਾ ਤੇ ਹੁਣ ਭਾਰਤ ਅਮਰੀਕਾ ਦੇ ਦਰਮਿਆਨ ਜਿਹੜੀ ਸਥਿਤੀ ਬਣੀ ਹੋਈ ਹੈ ਇਸ ਪੂਰੇ ਮਸਲੇ ਦੇ ਉੱਤੇ ਚਰਚਾ ਕਰਨ ਵਾਸਤੇ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਸਿਆਸੀ ਮਾਹਰ ਡਾਕਟਰ ਐਚ ਐਸ ਭੱਟੀ ਸਾਹਿਬ ਸਰ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸੰਦੀਪ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਆਪਾਂ ਇਹ ਹੁਣ ਤੁਰੀਏ ਅਮਰੀਕਾ ਵੱਲ ਨੂੰ ਬਈ ਜਦੋਂ ਤੇ ਕੈਨੇਡਾ ਨੇ ਭਾਰਤ ਦੇ ਉੱਤੇ ਇਹ ਇਲਜ਼ਾਮ ਲਗਾਇਆ ਕਿ ਕੈਨੇਡਾ ਤਾਂ ਬਿਨਾਂ ਸਿਰ ਪੈਰ ਤੋਂ ਜਿਹੜਾ ਇਹ ਇਲਜ਼ਾਮ ਲਗਾ ਰਿਹਾ ਕੈਨੇਡਾ ਕੋਲ ਕਿਸੇ ਕਿਸਮ ਦਾ ਕੋਈ ਪ੍ਰੂਫ ਨਹੀਂ ਹੈਗਾ ਬਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਪਿਛਲੇ ਸਾਲ ਹੋਈ ਹੈ ਤੇ ਭਾਰਤ ਦਾ ਜਿਹੜਾ ਉਹ ਨਾਮ ਲਾਇਆ ਜਾ ਰਿਹਾ ਬੜੀ ਤਲਖੀ ਵੀ ਹੋਈ ਪਰ ਹੁਣ ਤਾਂ ਅਮਰੀਕਾ ਨੇ ਉਹ ਜਿਹੜਾ ਵਿਕਾਸ ਯਾਦਵ ਨਾਮ ਦਾ ਇੱਕ CRPF ਦਾ ਡਿਪਟੀ ਕਮਾਂਡੈਂਟ ਦੱਸਿਆ ਜਾ ਰਿਹਾ ਉਹਨੂੰ ਵਾਂਟਡ ਐਲਾਨ ਦਿੱਤਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਭਾਰਤ ਸਰਕਾਰ ਦਾ ਕੀ ਸਟੈਂਡ ਰਹੇਗਾ ਕੀ ਭਾਰਤ ਦੇ ਵਿੱਚੋਂ ਜਿਹੜੇ ਅਮਰੀਕਾ ਦੇ ਸਫਾਰਤਖਾਨੇ ਨੇ ਇਹ ਬੰਦ ਹੋ ਜਾਣਗੇ ਸਫੀਰ ਜਿਹੜੇ ਆ ਕੈਨੇਡਾ ਦੀ ਤਰਜ਼ ਦੇ ਉੱਤੇ ਵਾਪਸ ਅਮਰੀਕਾ ਭੇਜ ਦਿੱਤੇ ਜਾਣਗੇ ਸੰਦੀਪ ਜੀ ਦੇਖੋ ਜਿਹੜੀ ਡਿਪਲੋਮੈਸੀ ਹੈ ਨਾ ਅਸਲ ਦੇ ਵਿੱਚ ਉਹ ਕਹਿੰਦੇ ਹੁੰਦੇ ਨੇ ਰੈਟ ਐਲੀ ਮਤਲਬ ਰੈਟ ਡਿਪਲੋਮੈਸੀ ਤੇ ਐਲੀਫੈਂਟ ਡਿਪਲੋਮੈਸੀ ਵਾਲਾ ਕੰਮ ਹੈ ਜਿਹੜਾ ਤਕੜਾ ਹੈ ਉਹਦੇ ਸਾਹਮਣੇ ਝੁਕ ਜਾਂਦੇ ਨੇ ਜਿਹੜਾ ਮਾੜਾ ਹੈ ਉਹਨੂੰ ਦਬਾ ਦਿੰਦੇ ਕੈਨੇਡਾ ਨਾਲ ਤਾਂ ਪਹਿਲਾਂ ਹੀ ਚਲੋ ਬੇਸੁਆਦੀ ਵਾਲਾ ਰਿਸ਼ਤਾ ਹੈਗਾ ਬਹੁਤ ਸਾਰਾ ਪਰ ਇਹ ਹੈ ਕਿ ਅਮਰੀਕਾ ਦੇ ਨਾਲ ਅੱਖ ਮਿਲਾਉਣੀ ਬੜੀ ਔਖੀ ਹੈ ਉਹਨਾਂ ਨੇ ਪਿਛਲੇ ਦਿਨਾਂ 'ਚ ਤੁਹਾਨੂੰ ਯਾਦ ਆਉਣਾ ਜਦੋਂ ਮੋਦੀ ਸਾਹਿਬ ਉੱਥੇ ਗਏ ਸੀ ਤਾਂ ਉਹਨਾਂ ਨੇ ਸਾਡੇ ਨੈਸ਼ਨਲ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ ਡੋਵਾਲ ਸਾਹਿਬ ਉਹਨਾਂ ਨੂੰ ਵੀ ਸੰਮਨ ਕੀਤਾ ਸੀ ਅਤੇ ਉਹ ਨਹੀਂ ਸੀ ਜਾ ਸਕੇ ਫਿਰ ਉੱਥੇ ਮਤਲਬ ਡਰਦੇ ਕਹਿ ਲਓ ਜਾਂ ਜੋ ਵੀ ਵਜ੍ਹਾ ਹੈ ਬੇਸੁਆਦੀ ਹੋਣੀ ਸੀ ਜੇ ਉਹ ਜਾਂਦੇ ਪਰ ਹੁਣ ਉਹਨਾਂ ਨੇ ਕੈਟੇਗੋਰੀਕਲੀ ਜਿਹੜਾ CC1 ਔਫਿਸਰ ਉਹ ਕਹਿ ਰਹੇ ਸੀ ਇੰਡੀਆ ਉਹਨੂੰ ਢੱਕ ਰਿਹਾ ਸੀ ਉਹਨਾਂ ਨੇ ਵਿਕਾਸ ਯਾਦਵ ਦਾ ਨਾਮ ਲੈ ਤਾਂ ਉਹਦੇ ਨਾਲ ਮਤਲਬ ਇਹ ਹੈ ਕਿ ਉਹਨਾਂ ਨੇ ਜਿਹੜਾ ਬੰਦਾ ਫੜਿਆ ਸੀ ਜਿਹੜਾ ਨਿਖਿਲ ਗੁਪਤਾ ਕਹਿੰਦੇ ਸੀ ਉਹਦੇ ਤੋਂ ਕਹਿੰਦੇ ਜੀ ਸਾਨੂੰ ਨਿਕਲਿਆ ਹੈ ਸਾਰਾ ਕੁਛ ਤੇ ਉਹਨਾਂ ਨੇ ਡਿਕਲੇਅਰ ਕਰਤਾ ਲਗਭਗ ਜਿਵੇਂ ਆਪਣੇ ਪੰਜਾਬੀ 'ਚ ਕਹੀਏ ਇੱਥੇ ਜਿਹੜਾ ਇੰਡੀਆ 'ਚ ਚੱਲਦਾ PO ਹੈ ਪ੍ਰੋਕਲੇਮਡ ਅਫੈਂਡਰ ਦੀ ਤਰ੍ਹਾਂ ਮਤਲਬ ਹੁਣ ਇੰਡੀਆ ਕੋਲ ਕੋਈ ਆਪਸ਼ਨਸ ਨਹੀਂ ਬਚਦੀਆਂ ਕਿ ਉਹ ਅਫੀਸਰ ਹੈ ਔਰ ਇੰਟਰਸਟਿੰਗਲੀ ਉਸ ਅਫੀਸਰ ਦੀ ਅੱਜ ਖਬਰ ਆ ਰਹੀ ਸੀ ਉਹਦੇ ਇੰਡੀਆ 'ਚ ਵੀ ਕੋਈ FIR ਦਰਜ ਕੀਤੀ ਗਈ ਹੈ ਸੋ ਇਹ ਆਪਣੇ ਆਪ 'ਚ ਮੇਰਾ ਖਿਆਲ ਹੈ ਵੀ ਕਾਫੀ ਬੇਸੁਆਦੀ ਵਾਲੀ ਗੱਲ ਹੈਗੀ ਹੈ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਧੂਗੀ ਕਿਉਂਕਿ 5 ਜਿਹੜੇ ਕੰਟਰੀਜ਼ ਨੇ ਉਹ ਲਗਭਗ ਸਾਰੇ ਇੱਕ ਮਤ ਨੇ ਕਿ ਇੰਡੀਆ ਦੀਆਂ ਏਜੰਸੀਆਂ ਆਸਟ੍ਰੇਲੀਆ 'ਚ ਵੀ ਪਿਛਲੇ ਦਿਨ ਚਰਚਾ ਹੋਈ ਸੀ ਕਿ ਸਾਡੇ ਸਫਾਰਤਖਾਨੇ ਨੇ ਜਿਹੜੇ ਬੇਸਿਕਲੀ ਉਹ ਇੱਕ ਕਿਸਮ ਦੇ ਨਾਲ ਉੱਥੇ ਜਿਹੜੀਆਂ ਲੋਕਲ ਮਨਿਓਰਟੀਜ਼ ਨੇ ਜਾਂ ਮਤਲਬ ਇੱਥੋਂ ਸਾਡੇ ਜਿਹੜੀਆਂ ਇੱਥੇ ਦੀਆਂ ਮਨਿਓਰਟੀਜ਼ ਉੱਥੇ ਗਈਆਂ ਹੋਈਆਂ ਨੇ ਉਹਨਾਂ ਦੇ ਖਿਲਾਫ ਕੰਪੇਨਿੰਗ ਕਰਦੇ ਨੇ ਪਰ ਇਹ 'ਚ ਸਭ ਤੋਂ ਬਦਕਿਸਮਤੀ ਵਾਲੀ ਗੱਲ ਇੱਕ ਹੋਰ ਵੀ ਐਡ ਹੋ ਗਈ ਹੈ ਕਿ ਉੱਥੇ ਜਿਹੜੇ ਮਜੋਰਟੀ ਮਤਲਬ ਆਪਾਂ ਹਿੰਦੂ ਕਮਿਊਨਿਟੀ ਕਹਿ ਲਓ ਜਾਂ ਜਿਹੜੇ ਦੇਸ਼ ਭਗਤ ਕਹਿ ਰਹੇ ਨੇ ਉਹਨਾਂ ਨੂੰ ਤੁਸੀਂ ਭਗਤ ਕਹਿ ਲਓ ਉਹਨਾਂ ਦੇ ਜੋ ਮਰਜ਼ੀ ਕਹਿ ਲਓ ਉਹ ਵੀ ਇਹਦੇ 'ਚ ਕੋਈ ਕਸਰ ਨਹੀਂ ਛੱਡ ਰਹੇ ਉੱਥੇ ਬਹੁਤ ਸਾਰਾ ਫੰਡਿੰਗ ਹੋ ਕੇ ਉਹ ਨਫ਼ਰਤ ਦੀਆਂ ਕੰਪੇਨਸ ਉੱਥੇ ਚਲਾਉਂਦੇ ਨੇ ਪਿਛਲੇ ਦਿਨੀ ਸਫਾਰਤਖਾਨਿਆਂ ਦੇ ਉੱਪਰ ਆਪਾਂ ਦੇਖਿਆ ਅਮਰੀਕਾ 'ਚ ਵੀ ਇੰਗਲੈਂਡ 'ਚ ਵੀ ਮਤਲਬ ਸਿੱਖ ਕਮਿਊਨਿਟੀ ਵੱਲੋਂ ਵੀ ਤੇ ਜਿਹੜੇ ਦੂਜੇ ਨੇ ਉਹਨਾਂ ਵੱਲੋਂ ਵੀ ਪੂਰੀ ਮੁਹਿੰਮ ਚਲਾਈ ਜਾ ਰਹੀ ਹੈ ਅੱਜ ਮੈਂ ਪੜ੍ਹ ਰਿਹਾ ਸੀ ਸਤਨਾਮ ਸਿੰਘ ਚਹਿਲ ਹੈਗੇ ਨੇ ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਨਾਪਾ ਜਿਹਨੂੰ ਕਹਿੰਦੇ ਨੇ ਪੁਰਾਣੀ ਐਸੋਸੀਏਸ਼ਨ ਹੈ ਉਹ ਕਹਿੰਦੇ ਵੀ ਲੋਕ ਗਰਾਊਂਡ ਪੱਧਰ ਤੇ ਜਿਹੜੀਆਂ ਦੋਨੇ ਕਮਿਊਨਿਟੀਜ਼ ਵਿੱਚ ਰਿਸ਼ਤੇ ਵੀ ਬੜੇ ਬੇਸੁਆਦੀ ਵਾਲੇ ਬਣ ਰਹੇ ਨੇ ਕਿਉਂਕਿ ਕਮਿਊਨਿਟੀਜ਼ ਫਟ ਰਹੀਆਂ ਨੇ ਇਸ ਗੱਲ ਦੇ ਉੱਪਰ ਕਿ ਕੀ ਉਹ ਇੰਡੀਆ ਦੇ ਨਾਲ ਖੜੇ ਹੋਣ ਜਾਂ ਕੈਨੇਡਾ ਦੇ ਨਾਲ ਖੜੇ ਹੋਣ ਪਰ ਇੱਥੋਂ ਤੱਕ ਕਿ ਲੋਕਲ ਜਿਹੜੇ ਉੱਥੇ ਨੇ ਉਹ ਇੰਡੀਆ ਦਾ ਕਿਉਂਕਿ ਕਮਿਊਨਿਟੀ ਆਪਸ ਵਿੱਚ ਲੜ ਰਹੀ ਹੈ ਔਰ ਕ੍ਰਾਈਮ ਵਧਾਇਆ ਗਿਆ ਪਿਛਲੇ ਦਿਨੀ ਇਹਨਾਂ ਦਾ ਜੋ ਇਮੇਜ ਸੀ ਇੱਕ ਸਮਾਂ ਹੁੰਦਾ ਸੀ ਮੈਂ ਤੁਹਾਨੂੰ ਦੱਸਦਾ ਕਿ ਕਿਸੇ ਟਾਈਮ ਮਤਲਬ ਕੈਨੇਡਾ 'ਚ ਇਹ ਸਮਝਿਆ ਜਾਂਦਾ ਸੀ ਕਿ ਸਿੱਖਾਂ ਨੇ ਖਾਸ ਕਰਕੇ ਪੰਜਾਬੀਆਂ ਨੇ ਬਹੁਤ ਵੱਡਾ ਅਹਿਮ ਰੋਲ ਪਲੇ ਕੀਤਾ ਉੱਥੇ ਇੱਥੋਂ ਤੱਕ ਕਿ ਮੈਂ ਸਰੀ ਜਦੋਂ ਗਿਆ ਤਾਂ ਉੱਥੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇੱਥੇ ਕਾਨੂੰਨ ਦੇ ਵਿੱਚ ਲਿਖਿਆ ਹੁੰਦਾ ਸੀ ਪਹਿਲਾਂ ਵੀ ਜੇ ਕੋਈ ਸਿੱਖ ਕਿਤੇ ਗਵਾਹੀ ਦੇਵੇ ਕੋਰਟ ਦੇ ਵਿੱਚ ਤਾਂ ਉਹਦੇ ਤੋਂ ਸੌ ਨਹੀਂ ਚੁਕਾਉਣੀ ਓਥ ਦੀ ਲੋੜ ਨਹੀਂ ਕਿਉਂਕਿ ਸਿੱਖ ਝੂਠੇ ਹੀ ਨਹੀਂ ਬੋਲਦੇ ਇਹ ਇਹ ਇੰਪ੍ਰੈਸ਼ਨ ਸੀ ਉਸ ਟਾਈਮ ਦੇ ਉੱਪਰ ਪਰ ਹੁਣ ਜਿਹੜੀ ਹਾਲਤ ਹੋ ਗਈ ਹੈ ਕਿ ਸਾਡੀ ਨੇਟਿਵ ਕਮਿਊਨਿਟੀ ਦੀ ਇੰਡੀਅਨਸ ਦੀ ਖਾਸ ਕਰਕੇ ਪੰਜਾਬੀਆਂ ਦੀ ਉਹ ਇਹ ਹੈ ਕਿ ਨਿਊਸੈਂਸ ਨੇ ਜਿਹੜੇ ਲੋਕਲ ਗੋਰੇ ਨੇ ਉਹ ਨਫ਼ਰਤ ਕਰਨ ਲੱਗ ਗਏ ਨੇ ਔਰ ਉਹ ਗੋ ਬੈਕ ਕਹਿ ਰਹੇ ਨੇ ਉਹਨਾਂ ਨੂੰ ਮਤਲਬ ਇਹ ਕਲਚਰਲੀ ਅਦਰਵਾਈਜ਼ ਵੀ ਆਮ ਲੋਕ ਬੜਾ ਸਫ਼ਰ ਕਰ ਰਹੇ ਨੇ ਪਰ ਇਹਨਾਂ ਨੇ ਫਟਾਫਟ ਤੁਸੀਂ ਦੇਖੋ ਡਿਸਮਿਸ ਕਰਤੇ ਉਹਨਾਂ ਨੇ ਇਹਨਾਂ ਦੇ ਕਰਤੇ ਲੋਕਾਂ ਦੇ ਪਾਸਪੋਰਟ ਵੀਜ਼ੇ ਰੁਕੇ ਹੋਏ ਨੇ ਫਸੇ ਹੋਏ ਨੇ ਔਰ ਜਿਹੜੇ ਉੱਧਰ ਬੈਠੇ ਨੇ ਉਹਨਾਂ ਨੂੰ ਫਿਕਰ ਹੈ ਇੱਥੇ ਫਿਕਰ ਹੈ ਸਾਡੇ ਲੋਕਾਂ ਨੂੰ
ਪਰ ਸਰਕਾਰਾਂ ਨੇ ਜਿਹੜੀਆਂ ਉਹ ਆਪਣੀ ਪੋਲਿਟਿਕਸ ਦੇ ਉੱਪਰ ਲੱਗੀਆਂ ਹੋਈਆਂ ਨੇ ਇਸ ਤਰੀਕੇ ਦੇ ਨਾਲ। ਪਰ ਮੇਰੀ ਗੱਲ ਥੋੜੀ ਠੀਕ ਹੈ, ਮੇਰਾ ਖਿਆਲ ਹੈ ਅਮਰੀਕਾ ਵੱਲ ਨੂੰ ਨਿਗਾਹ ਨਹੀਂ ਕਰ ਰਹੇ, ਇਧਰਲੇ ਪਾਸੇ ਮਤਲਬ ਬਿਲਕੁਲ ਸਾਰਾ ਆਈ ਟੀ ਸੈੱਲ ਕਨੇਡਾ ਨੂੰ ਵਾਲਾਂ ਕੱਢਣ ਲੱਗਿਆ ਹੋਇਆ। ਉਹੀ ਆਪਾਂ ਦੇਖਿਆ ਮੁਸਲਿਮ ਵਰਲਡ ਦੇ ਵਿੱਚ, ਇਸਲਾਮੋਫੋਬੀਆ ਦੇ ਆਧਾਰ ਦੇ ਉੱਪਰ ਬੀਜੇਪੀ ਹੈ ਜਿਹੜੀ ਉਹ ਪਾਵਰ ਦੇ ਵਿੱਚ ਆਈ ਹੈ ਕਿ ਜੀ ਮੁਸਲਿਮ ਬੜਾ ਖਤਰਾ ਨੇ, ਯਾਰ ਹਰ ਇੱਕ ਨੂੰ ਕਹਿ ਦਿੰਦੇ ਨੇ ਤੁਸੀਂ ਪਾਕਿਸਤਾਨ ਚਲੇ ਜਾਓ। ਜਦੋਂ ਜਿਹੜੇ ਰਿਚ ਮੁਸਲਿਮ ਕੰਟਰੀਜ਼ ਨੇ ਉਹਨਾਂ ਦੀ ਜਿਹੜੀ ਅਲੀਟ ਹੈ, ਜਦੋਂ ਸਾਊਦੀ ਅਰੇਬੀਆ ਦਾ ਪ੍ਰਿੰਸ ਆਉਂਦਾ ਹੈ ਤਾਂ ਮੋਦੀ ਸਾਹਿਬ ਭੱਜੇ ਨੇ ਸਪ੍ਰਿੰਟ ਲਾ ਕੇ ਉਹਨੂੰ ਜੱਫੀਆਂ ਪਾਉਣ। ਤੁਸੀਂ ਦੇਖੋ ਨਾ ਕਿ ਇਹ ਮਾੜੇ ਨੂੰ ਡਰਾਉਣਾ, ਤਕੜੇ ਤੋਂ ਡਰਨਾ, ਉਹਦੇ ਅੱਗੇ ਪੂਛ ਮਾਰਨੀ, ਇਹ ਡਿਪਲੋਮੈਸੀ ਹੈ ਸਾਡੀ। ਚਾਈਨਾ ਜ਼ਮੀਨ ਦੱਬੀ ਜਾ ਰਿਹਾ, ਅਸੀਂ ਝਾਕ ਨਹੀਂ ਰਹੇ ਉਹਦੇ ਵੱਲ, ਦੂਜਿਆਂ ਨੂੰ ਅਸੀਂ ਡਰਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕਮਜ਼ੋਰ ਹੈ। ਸੋ ਫਾਈਵ ਆਈਜ਼ ਦੇ ਵਿੱਚੋਂ ਮੇਰਾ ਖਿਆਲ ਹੈ ਕਨੇਡਾ ਨਾਲ ਹੋਰ ਐਟੀਚਿਊਡ ਹੈ, ਇੰਗਲੈਂਡ ਨਾਲ ਹੋਰ ਐਟੀਚਿਊਡ ਹੈ, ਆਸਟ੍ਰੇਲੀਆ ਨਾਲ ਹੋਰ ਐਟੀਚਿਊਡ ਹੈ, ਅਮਰੀਕਾ ਨਾਲ ਤਾਂ ਫਿਰ ਹੋਣਾ ਹੀ ਕੀ ਹੈ। ਉਹ ਤਾਂ ਬਿਲਕੁਲ ਨੰਗੇ ਹੋ ਕੇ ਉਹਨਾਂ ਨੇ ਦੱਸਤਾ ਹੈ ਕਿ ਆਹ ਤੁਹਾਡਾ ਆਫਿਸਰ ਹੈ ਭਾਈ, ਸਾਡੇ ਇੱਥੇ ਵਾਂਟਡ ਹੈ, ਸਾਨੂੰ ਪੇਸ਼ ਕਰੋ। ਔਰ ਮੰਗ ਕਰਨਗੇ ਆਉਣ ਵਾਲੇ ਦਿਨਾਂ 'ਚ ਕਿ ਤੁਸੀਂ ਇਹਨੂੰ ਅਰੈਸਟ ਕਰਕੇ ਸਾਡੇ ਹਵਾਲੇ ਕਰੋ। ਸਰ ਇੱਥੇ ਇੱਕ ਸਵਾਲ ਮੇਰਾ ਨਾ ਹੋਰ ਆ, ਇਹ ਜਿੱਦਾਂ ਆਪਾਂ ਫਾਈਵ ਆਈਜ਼ ਦੀ ਗੱਲ ਕਰ ਰਹੇ ਹਾਂ, ਤੁਹਾਨੂੰ ਯਾਦ ਹੋਏਗਾ ਵੀ ਆ ਜਿਹੜਾ ਵਿਕਾਸ ਯਾਦਵ ਜਿਹਦਾ ਨਾਮ ਹੁਣ ਆਇਆ ਵੀ ਇਹ ਡਿਪਟੀ ਕਮਾਂਡੈਂਟ CRPF ਦੇ ਵਿੱਚ ਸੀਗਾ, ਦਰਅਸਲ ਇਹ ਸਾਰਾ ਮਾਮਲਾ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਅਸੈਸੀਨੇਟ ਕਰਨ ਦੇ ਨਾਲ ਜੁੜਿਆ ਹੋਇਆ ਸੀ। ਜਦੋਂ ਪਿਛਲੇ ਸਾਲ ਫਾਈਵ ਆਈਜ਼ ਜਾਂ ਕਹਿ ਲਈਏ ਵੀ ਅਮਰੀਕਾ ਦੀ ਇਨਵੈਸਟੀਗੇਸ਼ਨ ਏਜੰਸੀਆਂ ਨੇ ਤਫਤੀਸ਼ ਕੀਤੀ ਤਾਂ ਉਹਨਾਂ ਨੇ ਪਿਛਲੇ ਸਾਲ ਹੀ ਇਹ ਖੁਲਾਸਾ ਕਰ ਦਿੱਤਾ ਸੀਗਾ ਵੀ CRPF ਦਾ ਇੱਕ ਜਿਹੜਾ ਆਫਿਸਰ ਹੈ ਉਹ ਇਸ ਪੂਰੇ ਮਾਮਲੇ ਦੇ ਨਾਲ ਜੁੜਿਆ ਹੋਇਆ। ਹੁਣ ਸਵਾਲ ਇੱਥੇ ਇਹ ਹੈ ਵੀ ਅਗਰ ਅਮਰੀਕਾ ਦੀ ਇਨਵੈਸਟੀਗੇਸ਼ਨ ਇੰਨੀ ਪੁਖਤਾ ਤੇ ਕੈਨੇਡਾ ਜਿਹੜੇ ਇਲਜ਼ਾਮ ਲਾਉਂਦਾ ਵਾ, ਕੀ ਕੈਨੇਡਾ ਕੋਲ ਵੀ ਕੋਈ ਸਬੂਤ ਹੋ ਸਕਦਾ? ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਜੋੜ ਦਿਆਂ, ਭਾਰਤ ਨੇ ਅੱਜ ਮੰਗ ਕੀਤੀ ਹੈ ਵੀ ਕੈਨੇਡਾ ਦੇ ਵਿੱਚ ਕੈਨੇਡੀਅਨ ਬਾਰਡਰ ਸਰਵਿਸ ਦਾ ਇੱਕ ਆਫਿਸਰ ਆ ਸੰਦੀਪ ਸਿੰਘ ਸਿੱਧੂ ਨਾਮ ਦਾ, ਉਹਦੀ ਇਹਨਾਂ ਨੇ ਕਿਹਾ ਜੀ ਸਾਨੂੰ ਹਵਾਲਗੀ ਚਾਹੀਦੀ ਹੈ। ਕਹਿੰਦੇ ਆ ਵੀ ਇਹਦੇ ਲਖਬੀਰ ਸਿੰਘ ਲੰਡਾ ਹਰੀਕੇ ਦੇ ਨਾਲ ਕਹਿੰਦੇ ਸੰਬੰਧ ਹੈ। ਇਹ ਹੋ ਸਕਦੀ ਹੈ ਗੱਲ, ਦੇਖੋ ਹੋ ਕੀ ਰਿਹਾ ਜੇ ਆਪਾਂ ਨੂੰ ਥੋੜਾ ਜਿਹਾ ਬ੍ਰੌਡ ਪਰਸਪੈਕਟਿਵ ਦੇ ਵਿੱਚ ਦੇਖੀਏ। ਸਾਡੇ ਜਿਹੜੀ ਮਤਲਬ ਬੇਰੁਜ਼ਗਾਰੀ ਦੀ ਵਜ੍ਹਾ ਨਾਲ ਸਾਡਾ ਯੂਥ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਨਸ਼ੇ ਤੇ ਜਿਹੜੀ ਗੈਂਗਿਜ਼ਮ ਹੈ ਉਹਦੇ ਚ ਫਸ ਗਿਆ। ਪਰ ਜਿਹੜੇ ਗੈਂਗਸਟਰਸ ਜਾਂ ਟੈਰਰਿਜ਼ਮ ਦਾ ਜਿੰਨਾ ਵੀ ਹੈ, ਬੇਸਿਕਲੀ ਅਲਟੀਮੇਟਲੀ ਇਹ ਸਟੇਟ ਸਪੋਂਸਰਡ ਹੁੰਦਾ। ਕੋਈ ਸਟੇਟ ਚਾਹੇ ਕਰ ਰਹੀ ਹੋਵੇ, ਇੰਨੇ ਸਾਰੇ ਜਿਹੜੇ ਸਫਿਸਟੀਕੇਟਡ ਹਥਿਆਰ ਆਉਣੇ, ਇੰਨਾ ਸਾਰਾ ਪੈਸਾ ਆਉਣਾ, ਹੋਰ ਕਿਤੋਂ ਨਹੀਂ ਆ ਸਕਦਾ ਹੁੰਦਾ। ਇਹ ਸਟੇਟਾਂ ਹੀ ਇਨਵੈਸਟ ਕਰਦੀਆਂ ਨੇ। ਪਰ ਜਿਹੜਾ ਉਹ ਕਹਿ ਰਹੇ ਨੇ ਕਿ ਜੀ ਉੱਥੇ ਲੰਡੇ ਨਾਲ ਸੰਬੰਧ ਨੇ, ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡੇ ਬਿਸ਼ਨੋਈ ਨਾਲ ਸੰਬੰਧ ਨੇ। ਮਤਲਬ ਜੇ ਅਸੀਂ ਇਹ ਕਹਿ ਰਹੇ ਹਾਂ ਕਿ ਕੈਨੇਡਾ ਕੋਲ ਕੋਈ ਪੁਖਤਾ ਸਬੂਤ ਨਹੀਂ ਹੈ, ਤਾਂ ਇਹ ਤਾਂ ਅਮਰੀਕਾ ਖ਼ਬਰਾਂ ਛਾਪ ਰਿਹਾ ਹੈ ਕਿ ਸਾਡੇ NSA ਜਾ ਕੇ ਸਿੰਗਾਪੁਰ ਦੇ ਵਿੱਚ ਉਹਨਾਂ ਦੇ ਨਾਲ ਮੀਟਿੰਗ ਕਰਦੇ ਨੇ, ਔਰ ਉਸ ਮੀਟਿੰਗ ਦੇ ਵਿੱਚ ਉਹ ਕੈਟੇਗੋਰੀਕਲ ਉਹਨਾਂ ਨੂੰ ਸਬੂਤ ਦਿੰਦੇ ਨੇ ਕਿ ਜੀ ਆਹ ਤੁਹਾਡੇ ਬਿਸ਼ਨੋਈ ਗੈਂਗ ਦੇ ਜਿਹੜੇ ਬੰਦੇ ਨੇ ਜਿਹਨੂੰ ਤੁਹਾਡੀ ਹੋਮ ਮਿਨਿਸਟਰੀ ਸਪੋਂਸਰ ਕਰ ਰਹੀ ਹੈ, ਉਹ ਸਾਡੇ ਇੱਥੇ ਆਹ ਟ੍ਰੇਵਲ ਕ੍ਰੀਏਟ ਕਰ ਰਹੇ। ਸੋ ਇਹ ਤਾਂ ਬੇਸਿਕਲੀ ਹੁੰਦਾ ਡਿਪਲੋਮੈਸੀ 'ਚ, ਇਹ ਹੈ ਕਿ ਜੇ ਇੱਕ ਡਿਪਲੋਮੈਟ ਕਿਸੇ ਨੇ ਕੱਢਤਾ ਦੂਜੇ ਨੇ ਵੀ ਕੱਢਣਾ ਹੁੰਦਾ ਹੈ। ਉਹਨਾਂ ਨੇ ਇੱਕ ਗੈਂਗ ਨਾਲ ਨਾ ਜੋੜਤਾ, ਇਹਨਾਂ ਨੇ ਉੱਥੇ ਲੰਡੇ ਨਾਲ ਨਾ ਜੋੜ ਦੇਣਗੇ। ਪਰ ਇਹ ਮੇਰਾ ਖਿਆਲ ਹੈ ਕਿ ਇਹ ਜਿਹੜੀ ਸਜ਼ਾ ਆਮ ਲੋਕਾਂ ਨੂੰ ਮਿਲਣੀ ਹੈ, ਇਹਦੇ ਵਿੱਚ ਸਰਕਾਰਾਂ ਨੇ ਤਾਂ ਕਰ ਕਰਾ ਕੇ ਫਿਰ ਢੱਕ ਲੈਣਾ ਹੁੰਦਾ, ਇਹਦੇ ਉੱਪਰ ਮਿੱਟੀ ਪਾ ਦੇਣੀ ਹੁੰਦੀ ਹੈ ਕਿਸੇ ਹਿਸਾਬ 'ਚ। ਪਰ ਇਹ ਬਿਸ਼ਨੋਈ ਲੰਡਾ ਫੰਡਾ ਜਿੰਨੇ ਵੀ ਹਨ ਸਾਰੇ ਦੇ ਸਾਰੇ, ਬੇਸਿਕਲੀ ਇਹ ਸਟੇਟ ਸਪੋਂਸਰਸ਼ਿਪ ਤੋਂ ਬਿਨਾਂ ਨਹੀਂ ਚੱਲਦੇ। ਈਵਨ ਗੁਰਪਤਵੰਤ ਸਿੰਘ ਪੰਨੂ ਜੀ ਜਿੰਨਾ ਮਰਜ਼ੀ ਉਹ ਮਤਲਬ ਉੱਥੇ ਕਰਾਈ ਜਾਵੇ, ਜਿੰਨੀ ਮਰਜ਼ੀ ਖਾਲਿਸਤਾਨ ਦੀਆਂ ਗੱਲਾਂ ਕਰੀ ਜਾਵੇ, ਉਹਦੇ ਜਦੋਂ ਵੀ ਕੋਈ ਬਿਆਨ ਆਉਂਦੇ ਨੇ, ਜਿਸ ਤਰ੍ਹਾਂ ਦੇ ਉਹ ਭੜਕਾਊ ਹੁੰਦੇ ਨੇ, ਜਿਸ ਮੌਕਿਆਂ 'ਤੇ ਆਉਂਦੇ ਨੇ, ਉਹ ਬਿਲਕੁਲ ਇੰਡੀਅਨ ਸਟੇਟ ਨੂੰ ਜੋ ਸੂਟ ਕਰ ਰਿਹਾ ਹੁੰਦਾ ਉਹਦੇ ਹਿਸਾਬ ਨਾਲ ਹੁੰਦੇ। ਸੋ ਇਹ ਆਮ ਲੋਕਾਂ ਨੂੰ ਮਤਲਬ ਚੇਤਨ ਹੋਣਾ ਚਾਹੀਦਾ ਇਹਦੇ ਬਾਰੇ ਕਿ ਇਹ ਜਿਹੜੀ ਸਰਕਸ ਹੈ ਸਾਰੀ ਦੀ ਸਾਰੀ, ਗੈਂਗਿਜ਼ਮ ਦੀ ਵੀ ਸੈਪਰੇਟਿਜ਼ਮ ਦੀ ਵੀ ਜਿਹੜੀ ਉੱਥੇ ਚਲਾਈ ਜਾ ਰਹੀ ਹੈ, ਜ਼ਿਆਦਾਤਰ ਉਹ ਸਟੇਟ ਸਪੋਂਸਰਡ ਹੁੰਦੀ ਹੈ। ਜੇ ਇੱਕ ਸਟੇਟ ਨਹੀਂ ਤਾਂ ਦੂਜੀ ਸਪੋਂਸਰ ਕਰ ਦਿੰਦੀ ਹੈ। ਇਹ ਸਾਰੇ ਲੋਕ ਨੇ ਜਿਹੜੇ ਯੂਜ਼ੇਬਲ ਮਟੀਰੀਅਲ ਹੈ, ਜਦੋਂ ਜੀ ਕਰਦਾ ਹੈ ਫਿਰ ਇਹਨਾਂ ਵਿਚਾਰਿਆਂ ਨੂੰ ਡਿਸਪੈਂਸ ਆਫ ਕਰ ਦਿੰਦੇ ਨੇ। ਮਤਲਬ ਇੰਨੀ ਕੀ ਗੱਲ ਹੈ। ਪਰ ਸਰ ਹੁਣ ਸਵਾਲ ਤੇ ਇੱਥੇ ਇਹੀ ਖੜਾ ਹੁੰਦਾ ਨਾ ਵੀ ਇਹ ਰਿਸ਼ਤੇ ਠੀਕ ਕਿੱਦਾਂ ਹੋਣਗੇ, ਕਿਉਂਕਿ ਤਕਰਾਰ ਵੱਧਦਾ ਜਾ ਰਿਹਾ ਤੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲੱਗ ਰਹੇ ਆ। ਤੁਹਾਡੀ ਗੱਲ ਠੀਕ ਹੈ ਕਿ ਇਹਨਾਂ ਨੇ ਕਿਹਾ ਜੀ ਬਿਸ਼ਨੋਈ ਗੈਂਗ ਕੈਨੇਡਾ ਨੇ ਤੇ ਭਾਰਤ ਨੇ ਕਿਹਾ ਜੀ ਤੁਹਾਡੇ ਅਫਸਰ ਦੇ ਜਿਹੜੇ ਆ ਉਹ ਲੰਡੇ ਦੇ ਨਾਲ ਸੰਬੰਧ ਆ, ਲੰਡਾ ਹਰੀਕੇ ਜਿਹੜਾ ਗੈਂਗਸਟਰ ਹੈਗਾ। ਪਰ ਇਹ ਗੱਲ ਰੁਕੂਗੀ ਕਿੱਥੇ ਆ ਕੇ? ਕੀ ਫਿਰ ਸਾਡੇ ਦੋਵਾਂ ਦੇਸ਼ਾਂ ਦੇ ਇੱਕ ਦੂਜੇ ਵਾਸਤੇ ਦਰਵਾਜ਼ੇ ਬਿਲਕੁਲ ਮੁਕੰਮਲ ਤੌਰ ਤੇ ਬੰਦ ਹੋ ਜਾਣਗੇ, ਜਾਂ ਫਿਰ ਕੈਨੇਡਾ ਜਿਹੜਾ ਬਿਲਕੁਲ ਪਾਕਿਸਤਾਨ ਵਾਂਗੂ ਹੋ ਜਾਏਗਾ ਵੀ ਯਾਰ ਇਹਦਾ ਤੇ ਪਾਸਪੋਰਟ ਤੇ ਕੈਨੇਡਾ ਦਾ ਵੀਜ਼ਾ ਲੱਗਾ, ਇਹ ਤੇ ਬੰਦਾ ਪਤਾ ਨਹੀਂ ਕਿਹਨੂੰ ਮਿਲ ਆਇਆ ਉੱਥੇ ਜਾ ਕੇ।
नहीं इस तरह नहीं संदीप जी होगा, पाकिस्तान की होर पोजिशन है। देखो जितनी बड़ी माइग्रेशन का एक बहुत बड़ी मतलब नैटवर्क है जो अमेरिका कनेडा के लिए या ईवन इंग्लैंड के लिए भी, वो एजेंट्स की इन्नी पावर है और इन्नी सारा वो पैसा है। मैं तुम्हें दसा बहुत लंबा समा यह चीज़ नहीं चल सकती। ठीक है संबंध बिगड़ गए हैं, पहला भी वीजे बंद करे से तुम्हें याद होना है, क्योंकि बिल्कुल उन्होंने इकोनॉमी साड़ी इकोनॉमी भी बड़ा फर्क पैंदा। और जिहड़े जिहड़े अजकल जिहड़ी इंटरनेशनल ट्रैवलिंग है जिहड़ी उहदे च जिहड़े एजेंट ने जां कारपोरेशन बनिया हुई ने वो इन्ने इनफ्लुएंशियल ने कि उन्हां दा प्रभाव बहुत हुंदा सरकारां दे उपर, इहनूं बड़ा लंबा समां नहीं टाल सकणगे। ये ठीक है कि उन्हां दीआं पोलिटिकल कंपल्शन ने उत्थे, उन्होंने कुछ अपना वोट बैंक है वो स्ट्रोंग करना है, इत्थे साडे भी वोट बैंक की पोलिटिक्स चलती है। और जिहड़ियां मनोरिटीज ने चाहे वह सिख होण मुस्लिम होण, वह बेसिकली बेचारे एक किस्म के नाल ही कह लो कि वह पंचिंग बैग ही होंगे ने कि उन्होंने कुट कटा के होर किसी कम्यूनिटी तो वोटा लैनिया। आप पिछले दिन दिवाली से देखा है कि जिस तरीके दे नाल साडा यूथ उत्थे लड़ रहे सी एक दूजे दे नाल, हाँ जिनी देर इदा लड़ते रहेंगे तो यह सरकार तो फायदा है ना, कनेडियन सरकार लोगों को होर जवाब देने की जरूरत है ना साडी सरकार जरूरत है। महंगाई बढ़ रही है, उत्थे दी इकोनॉमी उन्होंने मतलब शैटर हो रही है और बुरी हालत है उत्थे, चार चार पोस्टा होंदिया ने, हजार बंदे उत्थे आ जाते हैं, अनइंप्लॉयमेंट इन्नी ज्यादा है कनेडा दे विच भी। सो उन्हां इशूज नूं एड्रैस करन दी जरूरत ही कोई नहीं, बहुत थोड़ी इनवैसटमेंट दे नाल थोड़े मतलब नफरत दे विच थोड़ी जी इनवैसटमेंट करके पोलीटिकल रिवार्ड बहुत मिल जाता है, पोलीटिकल रिटर्न बहुत आ जाती है उहदे विच। सो वायलेंस ते हेटरड है जिहड़ी अज दी डेट दे विच मॉडर्न स्टेट दे विच, ये उन्हां दी किस्म दी इनवैसटमेंट है। तुसीं सारियां लहरां दी स्टडी करके देख लो जिहड़ियां इसवीं तो चलियां ने, चाहे वह तालिबान की चली सी अपने नाल श्रीलंका दे विच आपां ने देखिया, और होर जिन्नियां साडे खालिस्तान की चली है, मतलब इंडिया दे विच दो प्राइम मिनिस्टर मतलब इस गल दे विच मारे गए ने अखीर। मतलब ये होया की है असल दे विच इन्हां सारियां लहरां दा, जे तुसीं उन्हां कम्यूनिटीज़ दे पॉइंट ऑफ व्यू नाल स्टडी करके देखो कि की फायदा होया। अज लंका दे विच तमिल्स की दशा है, ਪ੍ਰਵਾਕਰਨ ਤੋਂ ਵੱਡਾ ਮੇਰੇ ਖਿਆਲ ਦੇ ਵਿੱਚ ਮਿਲੀਟੈਂਟ ਦੇ ਟੈਰਰਿਸਟ ਨਹੀਂ ਕੋਈ ਹੋ ਸਕਦਾ, ਜਿੰਨੇ ਉਹਨਾਂ ਨੇ ਮਤਲਬ ਸੁਸਾਈਡ ਬੰਬਰ ਤਿਆਰ ਕਰੇ, ਸਾਰਾ ਕੁਛ ਕਰਿਆ, ਤੋਪਾਂ ਸੀ, ਜਹਾਜ਼ ਵੀ ਸੀ, ਮਤਲਬ ਸਾਰਾ ਕੁਛ ਸਟੇਟ ਨੇ ਜਦੋਂ ਚਾਹਿਆ ਖਤਮ ਕਰ, ਸਾਡੀ ਸਟੇਟ ਹਾਲਾਂਕਿ ਉਹਨਾਂ ਦੀ ਮਦਦ ਕਰ ਰਹੀ ਸੀਗੀ। ਇਸੇ ਤਰੀਕੇ ਦੇ ਨਾਲ ਤਾਲਿਬਾਨ, ਤੁਸੀਂ ਪ੍ਰਭਾਕਰਨ ਦਾ ਜ਼ਿਕਰ ਕੀਤਾ, ਇਹ ਉਹੀ ਹੈ ਜਿਨ੍ਹਾਂ ਨੂੰ ਲਿੱਟੇ ਕਹਿ ਦਿੰਦੇ ਸੀ ਐਲਟੀਟੀਈ। ਬਿਲਕੁਲ ਤਾਮਿਲ ਟਾਈਗਰ, ਜਿਹੜੀ ਤਾਮਿਲ ਟਾਈਗਰ ਦੀ ਜਿਹੜੀ ਲੜਾਈ ਸੀਗੀ ਲਿੱਟੇ, ਲਿੱਟੇ ਤੋਂ ਵੱਧ ਮੇਰਾ ਖਿਆਲ ਹੈ ਮਿਲੀਟੈਂਟ ਆਰਗਨਾਈਜੇਸ਼ਨ ਕੋਈ ਹੋਈ ਨਹੀਂ। ਕਿੱਥੇ ਹੈ ਮੈਨੂੰ ਦੱਸੋ ਹੁਣ, ਪਰ ਤਾਮਿਲਾਂ ਦਾ ਕੀ ਹਾਲ ਹੈ ਲੰਕਾ ਦੇ ਵਿੱਚ? ਇਹ ਸਾਡੇ ਜਿਹੜੇ ਮਨੋਰਟੀ ਗਰੁੱਪ ਨੇ ਉਹਨਾਂ 'ਚ ਜਿਹੜੇ ਵਾਇਲੈਂਟ ਲੋਕ ਨੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਲਟੀਮੇਟ ਜਿਹੜੀ ਉਹ ਮਨੋਰਟੀ ਹੈ ਜਿਹੜੀ ਉਹ ਸਫ਼ਰ ਕਰਦੀ ਹੈ। 47 ਦਾ ਅਸੀਂ ਅਜੇ ਦੁੱਖ ਭੋਗ ਰਹੇ ਹਾਂ ਹੁਣ ਤੱਕ, ਮਤਲਬ ਸਭ ਤੋਂ ਵੱਧ ਪੰਜਾਬੀਆਂ ਅਤੇ ਸਿੱਖਾਂ ਨੇ ਸਫ਼ਰ ਕੀਤਾ, ਬੰਗਾਲੀ ਵੀ ਫਿਰ ਉਸ ਹਿਸਾਬ ਨਾਲ ਥੋੜ੍ਹੇ ਬਹੁਤੇ ਬਚ ਗਏ। ਅਸੀਂ ਉਸ ਵਾਇਲੈਂਸ ਨੂੰ ਤਾਂ ਅੱਜ ਤੱਕ ਡਾਈਜੈਸਟ ਨਹੀਂ ਸੀ ਕਰ ਸਕੇ। ਨਵੇਂ ਜਿੰਨੇ ਵੀ ਇਹ ਸਪੋਂਸਰਡ ਕੰਮ ਚੱਲ ਰਹੇ ਨੇ, ਇਹਨਾਂ ਦੇ ਵਿੱਚ ਇਹ ਨਾ ਸਮਝੋ ਕਿ ਇਨੋਸੈਂਟ ਨੇ, ਪਰ ਇਹਦੇ ਵਿੱਚ ਸਟੇਟ ਦੀ ਫੰਡਿੰਗ ਹੁੰਦੀ ਹੈ, ਪਰ ਆਮ ਜਿਹੜਾ ਯੂਥ ਹੈ, ਆਮ ਲੋਕ ਨੇ ਜਿਹੜੇ ਅਲਟੀਮੇਟ ਉਹ ਸਫ਼ਰ ਕਰ ਰਹੇ ਨੇ। ਅੱਜ ਦੀ ਡੇਟ 'ਚ ਵੀ ਤੁਸੀਂ ਦੇਖੋ, ਕਨੇਡਾ ਜਿਹਨੇ ਜਾਣਾ ਜਾਂ ਕਨੇਡਾ ਤੋਂ ਜਿਹਨੇ ਇੱਧਰ ਆਉਣਾ ਹੈ, ਉਹ ਲੋਕ ਸਫ਼ਰ ਕਰ ਰਹੇ ਨੇ। ਸਰਕਾਰਾਂ ਨੇ ਤਾਂ ਬਿਆਨ ਦੇ ਦੇਣੇ ਹੁੰਦੇ ਨੇ ਬਸ, ਵੀ ਅੱਜ ਦੇ ਤਾਂ ਕੱਲ੍ਹ ਨੂੰ ਦੂਜੇ ਦਿਨ ਤਾਂ ਮੁੜ ਕੇ ਬਾਅਦ ਦੇ ਵਿੱਚ ਅੱਖੀਆਂ ਬਾਲਣਗੇ ਕੋਈ ਗੱਲ ਨਹੀਂ। ਔਰ ਉਹ ਜਿਹੜੇ ਲੋਕਾਂ ਦੇ ਇਸ਼ੂ ਨੇ, ਲੋਕਾਂ ਦੇ ਦੁੱਖ ਤਕਲੀਫ ਹੈ, ਜਿਹੜੀ ਉਹਨਾਂ ਦੀ ਮਿਸ ਗਵਰਨੈਂਸ ਹੈ, ਉਹਨੂੰ ਢੱਕਣ ਲਈ ਇਹ ਬਹੁਤ ਵੱਡਾ ਉਹ ਹੁੰਦਾ, ਪਰ ਉਹ ਚੱਲ ਰਿਹਾ। ਮਤਲਬ ਇਹਦੀ ਇੱਕ ਪੂਰੀ ਦੀ ਪੂਰੀ ਪੋਲੀਟਿਕਸ ਹੈ ਇਸ ਗੱਲ ਦੀ ਕਿ ਵਾਇਲੈਂਸ ਥੋੜ੍ਹੀ ਬਹੁਤ ਕਰਾਈ ਜਾਵੇ, ਥੋੜ੍ਹੀ ਬਹੁਤ ਕਮਿਊਨਿਟੀ ਦੇ ਨਫ਼ਰਤ ਫੈਲਾਈ ਜਾਵੇ। ਸਟੇਟ ਫਿਰ ਉਹਦੇ ਵਿੱਚ ਬਿੱਲੀਆਂ ਦੇ ਵਿੱਚ ਬਾਂਦਰ ਦੀ ਤਰ੍ਹਾਂ ਬੈਠ ਜਾਂਦੇ ਨੇ ਕਿ ਜੀ ਇਹ ਤਾਂ ਲੋਕ ਲੜ ਰਹੇ ਨੇ, ਅਸੀਂ ਤਾਂ ਇਨਸਾਫ਼ ਦੇ ਰਹੇ ਹਾਂ ਇਹਨਾਂ ਨੂੰ, ਸਾਡੇ ਵੀ ਇਹ ਕੰਮ ਚੱਲ ਰਿਹਾ, ਉਹ ਵੀ ਇਹੀ ਕੰਮ ਕਰ ਰਹੇ ਨੇ। ਇੱਕ ਗੱਲ ਪੁੱਛਣ ਵਾਲੀ ਹੈ ਬੜੀ ਸਿੰਪਲ ਕਿ ਕੀ ਇਹ ਗੈਂਗਸਟਰ, ਚਾਹੇ ਉਹ ਬਿਸ਼ਨੋਈ ਹੈ, ਚਾਹੇ ਉਹ ਲੰਡਾ ਹੈ, ਚਾਹੇ ਉਹ ਕਨੇਡਾ ਦੀ ਗੌਰਮੈਂਟ ਹੈ, ਚਾਹੇ ਸਾਡੀ ਗੌਰਮੈਂਟ ਹੈ, ਤੁਸੀਂ ਪਬਲਿਕ ਤੋਂ ਇੰਨਾ ਟੈਕਸ ਲੈ ਕੇ ਐਡੇ ਐਡੀਆਂ ਫੋਰਸਿਸ ਖੜੀਆਂ ਕੀਤੀਆਂ ਹੋਈਆਂ ਨੇ, ਇੰਨੀ ਟੈਕਨੋਲੋਜੀ ਤੁਹਾਡੇ ਕੋਲ ਹੈ, ਫਿਰ ਤੁਸੀਂ ਰਿਜ਼ਾਈਨ ਕਿਉਂ ਨਹੀਂ ਕਰ ਦਿੰਦੇ ਜਿੱਥੇ ਤੋਂ ਕ੍ਰਾਈਮ ਨਹੀਂ ਰੁਕਦਾ? ਜੇ ਤੁਸੀਂ ਕੁਛ ਕੁ ਇੰਡੀਵਿਜੁਅਲਸ ਨੂੰ ਜਿਹੜੇ ਕਿ ਤੁਹਾਨੂੰ ਲੱਗਦਾ ਕਿ ਕੁਛ ਵੀ ਖਾਸ ਨਹੀਂ ਹੈਗੇ, ਤੁਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ? ਤੁਸੀਂ ਫੌਜਾਂ ਕਿਸ ਕੰਮ ਲਈ ਰੱਖੀਆਂ ਹੋਈਆਂ ਨੇ? ਕਿਸ ਕਿਸਮ ਦੀ ਸਟੇਟ ਹੈ ਜਿਹੜੀ ਆਪਣੇ ਸਿਟੀਜਨਸ ਨੂੰ ਇੰਡੀਆ ਤੋਂ ਤਾਂ ਤੁਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਹੋ, ਪਰ ਤੁਹਾਡੀ ਲੈਂਡ ਦੇ ਉੱਪਰ ਤੁਸੀਂ ਪ੍ਰੋਟੈਕਟ ਨਹੀਂ ਕਰ ਪਾ ਰਹੇ? ਇਹੀ ਸੇਮ ਪੋਜੀਸ਼ਨ ਸਾਡੇ ਹੈ। ਦੇਖੋ ਅਮਰੀਕਾ ਤਾਂ ਜੇ ਫਿਰ ਕਹਿ ਸਕਦਾ ਕਿ ਜੀ ਇੱਦਾਂ ਹੋਇਆ, ਸਾਡੇ ਸਿਟੀਜਨ ਨੂੰ ਥਰੈਟ ਹੋਇਆ, ਅਸੀਂ ਫੜ ਲਏ, ਹਾਲਾਂਕਿ ਉਹ ਵੀ ਉਹਦੇ ਵਿੱਚ ਵੀ ਇੱਕ ਪੋਲੀਟਿਕਸ ਆ ਉਹਨਾਂ ਦੀ ਆਪਣੀ। ਪਰ ਗੱਲ ਇਹ ਹੈ ਕਿ ਕੀ ਸਾਰੇ ਸਿਟੀਜਨਸ ਨੂੰ ਸਟੇਟ ਹੁਣ ਮਤਲਬ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਤੋਂ ਮਤਲਬ ਇਨਕੈਪੇਬਲ ਹੋ ਗਈ ਹੈ?
कि उन्हां दी कैपेसिटी नहीं रही, वो दूजिया स्टेटा नूं क्यूज करन लगे हुए ने। सो ये एक किस्म की पोलिटिक्स है, सारे सारिया इन्होंने पोलीटल पार्टीज़ में इस तरह देखने की लड़ है आम लोगों को कि ये बेसिकली अपने जोड़े औगण ने अपनी जी कह लो नाकामिया ने उन्होंने ढकन के लिए बहुत बड़ा एक्सक्यूज बन जाता है। सर तुम्हें याद होना, मैं थोड़ी गल चो ही गल एक फड़ी है भी गुरप्रीत सिंह हरी नौ पिंड का जोड़ा मुंडा सगा जिदा मर्डर कर दिता गया, गोलियां मारिया कल पंजाब के डी जी पी साहब प्रैस कॉन्फ्रेंस करते हैं भी कहें भी ये अर्श डला जो कैनेडा च ही रहा, मैं उत्थे ही आना जितों तुसी गल छड़ी है, कहते भी इन्हें सुपारी दी तो मर्डर कराता, नाल अमृतपाल का नाम भी आ गया, दिपरूगढ़ की जेल च बंदा मैंबर पार्लीमेंट है खडूर साहब। फिर अर्श डला का एक मैसेज आता, वह कहता जी बिल्कुल ठीक गल है भी मैं अपने बंदियों तो यह काम जो करवाया गुरप्रीत सिंह हरी नौ का जोड़ा वा वो मर्डर कराया, कहते भी असं इन कई बार मना किया, कुछ इन्हें फोटोज जो एडिट करके पाई सी किसी बीबी जी दियाँ, कहते असं इन मना किया बेदा ना करी। पर तुहाडी गल जिथों तुसी मतलब गल फड़ी आ बई इन्ने टैक्स अगर ये लेंदे आ तो वाकई फोर्सिज एजेंसियां की कर दियां भी अर्श डला दसिया तो कैनेडा दे विच ही जांदा, तो इस वक्त कैनेडा दे विच ही कहिंदे जे रहिंदा वा तो फिर उत्थे फड़िया क्यों नहीं जांदा सर? यही तो गल मैं एक्चुअली एग्जैक्टली मैं यही पॉइंट कह रहा कि ये सारे लोग इन्ने पावरफुल ने कि साड़ी स्टेट है जिहड़ी उन्हां दे सामने पावरलैस हो गई है, और उही स्टेट जिहड़ी कि माड़ा मोटा किसान मुलाजम जां होर कोई बोले तां रातों रात केस दर्ज हो जांदे ने, किन्ना ही कुछ मतलब फटाफट हो जांदा, इत्थे वो एफिशिएंसी सानूं नज़र नहीं आउंदी। जेलां दे विचों लोग बैठ के फरौतियां मंग रहे ने और जिहड़ा फरौती नहीं दिंदा उहनूं मार दिंदे ने, फिर इस स्टेट इहदा पार्ट क्यों नहीं है? ले जिम्मेवारी जिहड़ी है अगे तुसीं देखिया हुणे रेलवे एक्सीडेंट भी हो जांदा तां वी रेलवे मिनिस्टर दा रिजाइन मंग लैंदे सी, उह दे वी दिंदे सी, हौली हौली पहले दे वी दिंदे सी, नॉर्मलाइज हो गई, टीट हो गए ने साडे पॉलिटिशियन कि जिहड़ा होम मिनिस्टर फिर की कर रहा है जी, जे कनेडा च इक बैठा बंदा थोड़े इत्थे आ के कतल करवा सकदा है तां तुसीं फिर होम मिनिस्टर कदे बने बैठे हो? सिद्धू मूसेवाला देख लो, गोल्डी बराड भी बाहर ही दसदे आ, एडा वड्डा मतलब उह नाम सीगा म्यूजिक इंडस्ट्री दे विच, उहदा कतल हो जांदा बिल्कुल, पर ये चीजा बिल्कुल नॉर्मलाइज कर लिया ने कि जी ये तो होंदा ही रहिंदा है, कोई गल नहीं है। आम लोग पे हौली हौली ये खबरां सुन सुन के जिस तरह मिलीटेंसी के दौरान होया सी कि अज 8 मारते अज 9 मारते अज नौजवानों का एनकाउंटर पुलिस ने करता, आम लोग बेचारे सुन सुन के की करन उहदे विच फिर। सो एक किस्म की साढ़े ये कह लो सानू डीसेंसिटाइज करन की गल है, और ये हेट ते जिहड़ी वायलेंस की पोलिटिक्स है हमेशा स्टेट नूं सूट करती है, स्टेटा ही इहनूं यूज कर रही ने, और नौजवान ये जिहड़े दिमाग चो घर कर जाएगी तो फिर खबर जी नॉर्मल लगन लग पेगी, हो सकता बिल्कुल गल ठीक है भी दिखाई जाओ आपे नॉर्मल गल बन जाएगी, बिलकुल हो रहा है सामने ही तो हो रहा है। ਤੁਸੀਂ ਦੇਖੋ ਨਾ ਜਿਹੜੇ ਜਿੱਥੇ ਜਿੱਥੇ ਐਕਸਪੈਰੀਮੈਂਟ ਹੋਏ ਨੇ, ਅਫਗਾਨਿਸਤਾਨ ਦਾ ਦੇਖ ਲਓ, ਸ਼੍ਰੀਲੰਕਾ ਦਾ ਦੇਖ ਲਓ, ਪੰਜਾਬ ਦਾ ਦੇਖ ਲਓ, ਈਵਨ ਗੋਰਖਾਲੈਂਡ ਦਾ ਹੋਇਆ ਸੀ ਜਾਂ ਬਾਹਰ ਹੋ ਰਹੇ ਨੇ ਇਜ਼ਰਾਈਲ ਅਤੇ ਫਲਸਤੀਨ ਦਾ ਦੇਖ ਲਓ। ਬੇਸਿਕਲੀ ਕੀ ਹੈ ਕਿ ਜਿਹੜੀ ਲੋ ਇੰਟੈਂਸਿਟੀ ਵਾਰਫੇਅਰ ਹੈ ਉਹ 'ਚ ਹਥਿਆਰ ਵੇਚਣੇ ਹੁੰਦੇ ਨੇ, ਵੈਸਟ ਦੀਆਂ ਬਹੁਤ ਸਾਰੀਆਂ ਜਿਹੜੇ ਕੰਟਰੀ ਨੇ ਉਹਨਾਂ ਦੀ ਇਕੋਨਮੀ ਹਥਿਆਰਾਂ 'ਤੇ ਖੜੀ ਹੈ, ਉਹਨਾਂ ਨੂੰ ਇਸ ਤਰ੍ਹਾਂ ਦਾ ਮਿਲੀਟੈਂਟਿਜ਼ਮ ਜਾਂ ਹੋਰ ਉਹ ਸੂਟ ਕਰਦਾ ਉਸ ਤਰੀਕੇ ਨਾਲ, ਪਰ ਇਹ ਸਟੱਡੀ ਕਰਨੀ ਚਾਹੀਦੀ ਹੈ ਲੋਕਾਂ ਨੂੰ, ਖਾਸ ਕਰਕੇ ਸ਼੍ਰੀਲੰਕਾ ਦੀ। ਅਸੀਂ ਤਾਂ ਵਾਰ ਵਾਰ ਜਦੋਂ ਲਹਿਰਾਂ ਦੀ ਇਹਨਾਂ ਦੀ ਸਟੱਡੀ ਕਰਦੇ ਹਾਂ ਕਿ ਅਲਟੀਮੇਟ ਕਿਹਨੂੰ ਫਾਇਦਾ ਹੋਇਆ, ਫਾਇਦਾ ਉਹ ਜਿਹੜੇ ਲੋਕ ਨੇ ਆਮ ਵਿਚਾਰੇ ਉਹ ਵਿਕਟਮ ਬਣ ਜਾਂਦੇ ਨੇ, ਜਿਹੜੇ ਵਿਚਾਰੇ ਅੱਗੇ ਆਏ ਹੁੰਦੇ ਨੇ ਜਿਹੜੇ ਹੀਰੋ ਉਸ ਟਾਈਮ ਬਣੇ ਹੁੰਦੇ ਨੇ ਉਹ ਮਾਰੇ ਜਾਂਦੇ ਨੇ, ਕੋਈ ਪੁੱਛਦਾ ਨਹੀਂ ਥੱਲੇ ਵੱਟੇ, ਪੁਲਿਸ ਵਾਲੇ ਜਾਂ ਮਿਲਟਰੀ ਵਾਲੇ ਉਹਦੇ ਸ਼ਿਕਾਰ ਬਣਦੇ ਨੇ, ਉਹ ਵੀ ਗਰੀਬ ਤਬਕੇ 'ਚੋਂ ਆਏ ਹੁੰਦੇ ਨੇ, ਜਿਹੜੀ ਅਲੀਟ ਹੈ ਸਟੇਟ ਦੇ ਉੱਪਰ ਬੈਠੀ ਉਹ ਬੜੇ ਆਰਾਮ ਨਾਲ ਉਹਨੂੰ ਇੰਜੋਏ ਕਰਦੀ ਹੈ, ਸਟੇਟ ਹੋਰ ਤਕੜੀ ਹੋ ਜਾਂਦੀ ਹੈ। ਸਗੋਂ ਤੁਸੀਂ ਇਹ ਦੇਖੋ 80s ਤੋਂ ਪਹਿਲਾਂ ਸਾਡੀ ਜਿਹੜੀ ਪੁਲਿਸ ਹੈ ਉਹਦੀ ਗਿਣਤੀ ਬਹੁਤ ਘੱਟ ਸੀ, ਇੱਕ ਆਈ ਜੀ ਹੁੰਦਾ ਸੀ, ਸਾਈਕਲਾਂ 'ਤੇ ਆਉਂਦੇ ਹੁੰਦੇ ਸੀ ਪੁਲਿਸ ਵਾਲੇ, ਡੰਡਾ ਵਿੱਚ ਫਸਾਇਆ ਹੁੰਦਾ। ਤੁਹਾਨੂੰ ਯਾਦ ਹੋਵੇਗਾ ਇੱਕ ਵਾਰੀ, ਬਿਲਕੁਲ ਮੈਂ ਕਿਹਾ ਤੁਹਾਨੂੰ ਯਾਦ ਹੋਵੇਗਾ ਇੱਕ ਵਾਰੀ ਪੁਲਿਸ ਨੇ ਪੂਰੀ ਆਲ ਇੰਡੀਆ ਦੇ ਪੁਲਿਸ ਡਿਪਾਰਟਮੈਂਟ ਨੇ ਇੱਕ ਵਾਰੀ ਐਜੀਟੇਸ਼ਨ ਵੀ ਕੀਤਾ ਸੀ ਬਹੁਤ ਸਾਲ ਪਹਿਲਾਂ, ਆਪਣੇ ਪੰਜਾਬ 'ਚ ਸਟ੍ਰਾਈਕ ਹੋਈ ਸੀਗੀ ਪੁਲਿਸ ਨੇ ਕੀਤੀ ਸੀਗੀ, ਮੈਨੂੰ ਯਾਦ ਹੈ ਦਾਨੇ ਵਾਲੀਆ ਹੁੰਦੇ ਸੀ ਇੰਸਪੈਕਟਰ ਜਨਰਲ ਉਸ ਟਾਈਮ। ਸੋ ਮਤਲਬ ਪੁਲਿਸ ਕੋਲ ਕੋਈ ਇਕੁਇਪਮੈਂਟ ਨਹੀਂ ਸੀ ਹੁੰਦੀਆਂ, ਜਿੱਥੇ ਜਿੱਥੇ ਟੈਰਰਿਜ਼ਮ ਹੋਇਆ ਉਹਦੇ ਰਿਜ਼ਲਟ ਦੇ ਤੌਰ 'ਤੇ ਪੁਲਿਸ ਨੇ ਸਟੇਟ ਨੇ ਆਪਣੇ ਆਪ ਨੂੰ ਇੰਨਾ ਆਰਮ ਕਰ ਲਿਆ। ਮਤਲਬ ਮੈਂ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਇੱਕ ਅੰਗਰੇਜ਼ ਲਗਭਗ 80 ਸਾਲ ਦਾ ਉਹਦੇ ਉਹ ਪੈਂਟ ਲਹਾਉਣ ਤੱਕ ਜਾ ਰਹੇ ਸੀ ਤਲਾਸ਼ੀ ਲੈਣ ਲਈ, ਟੈਰਰਿਜ਼ਮ ਦੇ ਨਾਂ ਹੇਠ ਅੰਗਰੇਜ਼ ਸੀਗਾ ਉਹ, ਮੈਨੂੰ ਦੱਸੋ
कि अमेरिकन सिटीजन मतलब एक 80 साल का बंदा तुम ओके कपड़े लाने तक जा रहे हो, इन्नी पावर ले ली उन्होंने, अदरवाइज का की मतलब है? मैं दसो गिनती होंगी है थोड़ी जी टैरिस्टा की, तुम उन्होंने फट के मार दो, और मारते भी हो तुम, मतलब कि सारी पापूलेशन अपने पंजाब च आप देखिए बुलेट की पाबंदी लाती थी कि मोटरसाइकिल जो मोटरसाइकिल थोड़ा गोलियां चला फिर। सो ये स्टेट अपने आप को इंपावर करने के लिए वायलेंस का सहारा लेंदी है, पर वो है कि हूँ पन्नू साहब एक बयान देंगे ने सारे सिख ने जोड़े सिख यूथ है जोड़ा उन्होंने उपर जुलम कर संस मिल जाता है पुलिस स्टेट में, उ सेम चीज़ गैंगस्टर के नौ हेठ हो रही है। पर सर हुण अगर आपां अपनी चर्चा नूं कंकलूड करदे आं ते हुण स्थिति जिहड़ी भारत दी ते अमेरिका दरम्यान जिहड़ा कनफ्लिक्ट वध गया, हुण इह विकास यादव फिलहाल कहिंदे वी फरार हो गया, ठीक है, निखिल गुप्ता उहनां दे कोल है, उहदी अरैसट इहनां ने पाई होई है, इह मामला कित्थे निबड़ूगा? इह निबड़ूगा ते फिर कैनेडा दे नाल कोई संबंध जिहड़े आ उह साडे सुधरणगे, क्योंकि कोई रैफरेंस भी तो देना पैंदा ना किसे वेले, जदों अदालत दे विच जिरा हुंदी बहस हुंदी आ ते फिर उह वकील जिहड़े आ रैफरेंस दे दिंदे आ जी पुराना केस च इदां होया सी। बिल्कुल बिल्कुल, देखो अल्टीमेट कोई भी कंफ्लिक्ट हो बहुत लंबा समा तो नहीं चल सकती होंगी, ये बहुत सारिया लॉबीज इनवॉल्व होंगे ने ट्रैवलिंग वाली और उन्होंने इनू शांत कर लेना है, पर जिनी देर कनेडा दी इलैक्शन नहीं होंगे उन्नी देर पिछों पिछों इस तरह के शगूफे निकलते रहने, मतलब ये झगड़ा चलूगा इस तरीके ने। जो अमेरिका वाला है मेरा ख्याल उन्होंने इन्होंने भी इतने एफ आई आर दर्ज कर ली, उन्होंने भगौड़ा डिकलेयर इतने भी कर देने उस बंद कि उस तरीके जिमें कर दया होंगे ने स्टेटा तुसी पढ़िया होनी ने, मतलब एम के धरती किताब है ओपन सीक्रेट्स, जो ज्ञान सिंह संधु की किताब है रोड लैस ट्रोडन जिहड़े वो इंटरनेशनल सिख फेडरेशन के पहले प्रधान सीगे, वो तुसी पढ़ो तुहानू पता लग जांदा वी सारी एम्बेसीज दे विच किस तरीके नाल बी एस एफ चों सी आर पी एफ चों जिहड़े मतलब उस तरह के बंदे जिहड़े एक्टिव ने उन्होंने उत्थे ले जाके यूज किया जाता है। मैनू दसो सी आर पी एफ दा कमांडेंट है जिहड़ा बेसिकली उहदा उत्थे डिप्लोमेसी च की कम है, तुसी आई एफ एस जां इंडियन फॉरन सर्विस के बंदे तो लाओ, सो यह जो ऑपरेशन ही होंगे यह काम। अरे अनफॉर्चुनेट हिस्सा है कि सारे मुल्कों की एजेंसियां घट वूप रॉ के किसी विंग वास्ते काम करते होंगे ना, वो जो विकास यादव से शायद किसी रॉ के किसी जो रिसर्च एंड एनालिसिस विंग है करता, वो एजेंसी उन्होंने हायर कर लेंदी है ना, सी सी वन जी का नाम रखा हुआ सी, नाम बदल देंगे ने जिहड़े बंदे उस तरह के वायलेंट जां कैपेबल होंदे ने वायलेंस। अच्छा, जिहड़ा जिहड़ा अमेरिका ने वो मतलब परचा कह लिए पंजाबी दे विच दर्ज किया, उहदे विच अमानत नाम दस्या होया सीगा राकेश या अपना विकास यादव ने निखिल गुप्ता नूं वी मेरा नाम अमानत लिखना, नेचुरली वो फिर गल है कि ना तो हो रही हुंदी। देखो ये बड़ा कम है, इहदी कोई फंडिंग दी कदे इनक्वायरी नहीं हुंदी, जे तुसीं वर्ल्ड लैवल ते सारियां गवर्नमेंटां दे इस तरह दी फंडिंग दी इनक्वायरी करो बहुत वड्डा स्कैंडल हो सकदा, मतलब मेरा ख्याल एड्डा वड्डा स्कैंडल दुनिया च होया नहीं होना कदे, मतलब इन्ना खर्चा साडियां सरकारां इन्हां कम्मां दे उपर कर रही ने, डर्टी ट्रिक्स दे उपर, दूजे अपने विरोधियों नूं एलीमीनेट करन दे उपर, वो चाहे रशिया है चाहे तुर्की है चाहे वह साउदी अरेबिया है चाहे अमेरिका है, मतलब सब दे सब। अमेरिका ने भी तो देखो ओसामा बिन लादन इत्थे मारिया, गुदाफी नूं उत्थे मारिया, सदाम हुसैन नूं मारिया, मतलब की सी वैसे डोमिनेंस दे लई। कल परसों सर इजराइल ने भी तो मारिया वो जिहड़ा याया सिरवान उहनां दा सीगा, इजराइल ने रानियन जो प्राइम मिनिस्टर है वो मारिया, वह जहाज गिरिया, जो हमास के लीडर ने सिनवार वगैरह जो पहला से जो सिनवार हाँ सारे मारे ने शरेआम, और उ कम लगभग सारिया स्टेटा ही कम कर रही कि तुम अपने जसूस ज होर उस तरह करके, मतलब बड़ी अनफॉर्चुनेट गल है कि ये विक्टम आम लोग बनते हैं। पहला होंगे जो अंग्रेजों के राज टाइम भी होर स्टेटा एक दूजे लड़दियां सी, लोगों के उपर एक्सपैरीमेंट किए जा रहे हैं, सब तो दुखदाई गल यह है कि वह बेचारे जिन्हों का कोई कसूर नहीं, जिन्होंने पता भी नहीं भी गल की है, जिहड़े अखबार भी नहीं पढ़ते, विक्टम असल चो बन जाते हैं। सर बहुत बहुत धन्यवाद, तुसीं अपना कीमती समा इस चर्चा वास्ते दिता, क्योंकि यह कनफ्लिक्ट जिहड़ा वधदा जा रहा और लोग फिक्रमंद भी ने, क्योंकि पंजाब तो बहुत वड्डी तादाद दे विच लोग जिहड़े आ अमेरिका कैनेडा यूरोप वख-वख देशां दे विच रहिंदे आ, ते जो इदां दी स्थिति बनती है तो लोगों के मन दे विच इक सहम ते डर जरूर बन जाता। उम्मीद करते हैं भी ये दोवां मुल्कां दे जिहड़े रिश्ते आ ये जल्द तो जल्द सुखावें होण ते लोग पहलां वांगू आपो अपने मुल्कां दे विच आपो अपने पिंडां दे विच घरां दे विच आ जा सकण। बहुत बहुत धन्यवाद सर, सति श्री अकाल। शुक्रिया संदीप जी, श्रोतियां दा दर्शकां दा सभनां दा शुक्रिया, ते इस गल लई अरदास कि संबंध सुधरन ते आम लोग नूं राहत मिले इस गल। थैंक यू।